गुड मॉर्निंग स्टूडेंट्स आज ਅਸੀਂ ਕਰਾਂਗੇ ਡਿਸਕਸ਼ਨ ਮੈਥਡ ਅ ਜਿਸ ਤਰ੍ਹਾਂ ਤੁਸੀਂ ਜਾਣਦੇ ਹਾਂ ਕਿ ਅ ਅਕਰ ਕਿਸੇ ਇੰਡੀਵਿਜੂਅਲ ਤੋਂ ਅਸੀਂ ਸਲਾਹ ਲੈਨੇ ਆ ਜਾਂ ਕਿਸੇ ਤੋਂ ਪੁੱਛਦੇ ਆ ਆਪਣੇ ਕਲੇ ਦੀ ਸਲਾਹ ਦਿੰਦਾ ਹੈ ਤਾਂ ਉਹਦੇ ਵਿੱਚ ਉਸ ਦਾ ਇੱਕ ਤਾਂ ਆਪਣਾ ਫੈਕਟਰ ਹੁੰਦਾ ਆ ਉਸ ਦਾ ਪਾਰਸ਼ਲ ਫੈਕਟਰ ਹੁੰਦਾ ਹੈ 셀ਫਿਸ਼ ਔਰੈਂਟਡ ਹੁੰਦਾ ਉਹਦਾ ਜੋ ਵੀ ਡਿਸੀਜਨ ਹੁੰਦਾ ਆ ਤੋ ਅਗਰ ਅਸੀਂ ਕਿਸੇ ਚੀਜ਼ ਨੂੰ ਅਪਲਾਈ ਕਰਨਾ ਹੋਵੇ ਇਸ ਤਰ੍ਹਾਂ ਦੀ ਕੋਈ ਥਿਊਰੀ ਹੋਵੇ ਜਾਂ ਕੋਈ ਪਾਲਿਸੀ ਹੋਵੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮੈਕਸਮਮ ਪਰਸਨਸ ਦਾ ਉਸ ਦੇ ਉੱਪਰ ਵਿਊ ਲਿਆ ਜਾਵੇ ਜਾਂ ਕਿਸੀ ਗਰੁੱਪ ਦੇ ਵਿੱਚ ਵਿਊ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਗਰੁੱਪ ਵਿਊ ਲੈਣ ਦਾ ਇੱਕ ਤਾਂ ਫਾਇਦਾ ਹੈ ਕਿ ਉਹ ਸੈਲਫਿਸ਼ ਨਹੀਂ ਹੁੰਦਾ ਉਹਦੇ ਵਿੱਚ ਗਰੁੱਪ ਓਰੀਐਂਟਲ ਹੋਣ ਕਰਕੇ ਉਹ ਗਰੁੱਪ ਦੇ ਪੂਰੇ ਗਰੁੱਪ ਦੇ ਬੈਨੀਫੀਸ਼ੀਅਲ ਦੇ ਅਕੋਰਡਿੰਗਲੀ ਡਿਸੀਜਨ ਲਿਆ ਜਾਂਦਾ ਹੈ ਵੈਸੇ ਵੀ ਉਹ ਜਿਹੜਾ ਡਿਸੀਜਨ ਹੈ ਡੈਮੋਕ੍ਰੇਸੀ ਦੇ ਉੱਪਰ ਹੁੰਦਾ ਯਾਨੀ ਕਿ ਸਾਰਿਆਂ ਨੂੰ ਸੇਮ ਰਾਈਟ ਆਪਣਾ ਬੋਲਣ ਦਾ ਔਰ ਲਿਬਰਟੀ ਹੁੰਦੀ ਹੈ ਜਿਸ ਨਾਲ ਗਰੁੱਪ ਦੇ ਵਿੱਚ ਉਸ ਚੀਜ਼ ਨੂੰ ਡਿਸਕਸ ਕਰਕੇ ਫਿਰ ਉਸ ਦਾ ਫਾਈਨਲਾਈਜ਼ਡ ਕੀਤਾ ਜਾਂਦਾ ਆ ਤੋ it is more important ki discussion method is more important than individual or discussion hamesha hi group de vich kiti jandi hai individual discussions no assi is way nahi lende hai ki discussion involves two way communication directly is vich do ton zyada jane ਜਦੋਂ ਇਨਵੋਲਵ ਹੁੰਦੇ ਆ ਉਹਨਾਂ ਦੀ ਆਪਸ ਦੇ ਵਿੱਚ ਜੋ ਡਿਸਕਸ਼ਨ ਹੁੰਦੀ ਆ ਪਾਰਟਿਸਪੇਸ਼ਨਸ ਹੁੰਦੀ ਆ ਉਹ ਇਨਵੋਲਵ ਹੁੰਦੀ ਆ ਡਿਸਕਸ਼ਨ ਮੈਥਡ ਦੇ ਵਿੱਚ ਇਨ ਦਾ ਕਲਾਸਰੂਮ ਸਿਚੁਏਸ਼ਨ ਐਂਡ ਇਨਸਟ੍ਰਕਟਰ ਐਂਡ ਟ੍ਰੇਨੀ ਆਲ ਪਾਰਟਿਸਪੈਂਟ ਪਾਰਟਿਸਪੇਟ ਇਨ ਦਾ ਡਿਸਕਸ਼ਨ ਜਦੋਂ ਸੀ ਕਲਾਸ ਦੇ ਵਿੱਚ ਡਿਸਕਸ਼ਨ ਕਰਦੇ ਆ ਤਾਂ ਇਨਸਟ੍ਰਕਟਰ ਯਾਨਕਿ ਟੀਚਰ ਔਰ ਸਟੂਡੈਂਟ ਦੋਨੋਂ ਹੀ ਇਸ ਦੇ ਵਿੱਚ ਇਨਵੋਲਵ ਹੁੰਦੇ ਆ ਔਰ ਵੈਸੇ ਵੀ ਅਗਰ ਅਸੀਂ ਮੈਕਸੀਮਾ ਆਫ ਡੈਮੋਕ੍ਰੇਸੀ ਦਾ ਲੈਨੇ ਆ ਥਿਉਰੀ ਪ੍ਰਿੰਸੀਪਲ ਆਫ ਡੈਮੋਕ੍ਰੇਸੀ ਲੈਨੇ ਤਾਂ ਸਾਰਿਆਂ ਦੀ ਇਨਵੋਲਵਮੈਂਟ ਇਹਦੇ ਵਿੱਚ ਕੰਪਲਸਰੀ ਹੋ ਜਾਂਦੀ ਆ ਡਿਊਰਿੰਗ ਡਿਸਕਸ਼ਨ ਦਾ ਇਨਸਟ੍ਰਕਟਰ ਸਪੈਂਡਸ ਸਮ ਟਾਈਮਸ ਲਿਸਨਿੰਗ ਵਾਈਲ ਦਾ ਟ੍ਰੇਨਰ ਸਪੈਂਡਸ ਸਮ ਟਾਈਮਸ ਟਾਕਿੰਗ ਇਨਸਟ੍ਰਕਟਰ ਇਟਸ ਮੀਨਸ ਅ ਟੀਚਰ ਮੋਸਟਲੀ ਅ ਲੈਕਚਰ ਮੈਥਡ ਵਿੱਚ ਜਿਸ ਤਰ੍ਹਾਂ ਹੁੰਦਾ ਹੈ ਕਿ ਉਹ ਆਪਣਾ ਬੋਲਦਾ ਰਹਿੰਦਾ ਹੈ ਔਰ ਆਪਣਾ ਜੋ ਸਬਜੈਕਟ ਮੈਟਰ ਆ ਬੱਚਿਆਂ ਨੂੰ ਦੱਸਦਾ ਰਹਿੰਦਾ ਹੈ ਬਟ ਲੈਕਚਰ ਮੈਥਡ ਡਿਸਕਸ਼ਨ ਮੈਥਡ ਦੇ ਵਿੱਚ ਇਹ ਚੀਜ਼ ਡਿਫਰੈਂਟ ਹੁੰਦੀ ਆ ਸੌਰੀ ਫਾਰ ਦਾ ਇੰਟਰਰਪਸ਼ਨ ਡਿਊਰਿੰਗ ਡਿਸਕਸ਼ਨ ਦਾ ਇਨਸਟ੍ਰਕਟਰ ਕੀ ਕਰਦਾ ਹੈ ਕਿ ਆਪਣਾ ਵਿਊ ਬੱਚਿਆਂ ਨੂੰ ਕੁਝ ਟਾਈਮ ਲੈ ਦਿੰਦਾ ਹੈ ਔਰ ਕੁਝ ਟਾਈਮ ਲਈ ਉਹ ਚੁੱਪ ਬੈਠਦਾ ਹੈ ਔਰ ਸੁਣਦਾ ਹੈ ਕਿਉਂਕਿ ਉਸਨੇ ਜੋ ਪ੍ਰੋਬਲਮ ਬੱਚਿਆਂ ਦੇ ਸਾਹਮਣੇ ਰੱਖੀ ਹੈ ਉਸ ਦੇ ਉੱਪਰ ਬੱਚਿਆਂ ਦਾ ਪੁਆਇੰਟ ਆਫ View ਹੁੰਦਾ ਹੈ ਕਿਉਂਕਿ ਹਰ ਇੱਕ ਪਰਸਨ ਦਾ ਆਪਣਾ ਪੁਆਇੰਟ ਆਫ View ਹੁੰਦਾ ਹੈ ਆਪਣਾ ਸੋਚਣ ਦਾ ਤਰੀਕਾ ਹੁੰਦਾ ਹੈ ਔਰ ਹਰ ਇੱਕ ਇੰਡੀਵਿਜੂਅਲ ਜਦੋਂ ਅਸੀਂ ਆਪਣੇ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਹਰ ਇੰਡੀਵਿਜੂਅਲ ਦੀ ਪਰਸਨੈਲਿਟੀ ਇੰਪੋਰਟੈਂਟ ਰੱਖਦੀ ਹੈ ਕਲਾਸ ਦੇ ਵਿੱਚ discussion is therefore more active learning experience for the trainee and the lecturer lecturer a ਜਦੋਂ ਅਸੀਂ discusion ਕਰਦੇ ਹਾਂ mostly uh, lecture method ਦੀ ਮੈਂ ਗੱਲ ਕਰਦੀ ਹਾਂ ਪਹਿਲਾਂ ਕਿ lecture method ਜੋ ਦਿੱਤਾ ਜਾਂਦਾ ਹੈ ਜਿੰਨੇ ਵੀ audience ਬੈਠੀ ਹੁੰਦੀ ਉਹ ਸਾਰੀ passive ਹੁੰਦੀ ਆ ਉਹਨਾਂ ਨੂੰ ਕੋਈ ਰਾਈਟ ਨਹੀਂ ਹੁੰਦਾ ਕਿ ਉਸ ਦੇ ਵਿੱਚ ਬੋਲ ਸਕਣ but discussion method is depend on the uh, ਡਿਪੈਂਡ ਔਨ ਡੈਮੋਕ੍ਰੇਸੀ ਡਿਪੈਂਡ ਔਨ ਦੋਨਾਂ ਦੇ ਬੋਲਣ ਤੇ ਔਰ ਦੋਨਾਂ ਦੇ ਆਪਣੇ ਵਿਊਜ਼ ਨੂੰ ਕਲੀਅਰ ਕਰਨ ਦੇ ਉੱਪਰ ਡਿਪੈਂਡ ਕਰਦਾ ਆ ਔਰ ਇਸ ਦੇ ਵਿੱਚ ਲਰਨਿੰਗ ਐਕਸਪੀਰੀਅੰਸ ਟ੍ਰੇਨਰ ਦਾ ਵੀ ਆਂਦਾ ਹੈ ਔਰ ਆਡੀਅנס ਦਾ ਵੀ ਆਂਦਾ ਆ ਔਰ ਇਨਸਟ੍ਰਕਟਰ ਦਾ ਵੀ ਆਂਦਾ ਆ ਇਹ ਡਿਸਕਸ਼ਨ ਇਜ਼ ਅ ਮੀਨ ਬਾਈ ਵਿਚ ਪ੍ਰੋਪਰ ਸ਼ੇਅਰ ਐਕਸਪੀਰੀਅੰਸ ਆਈਡੀਆ ਐਂਡ ਐਟੀਟਿਊਡ ਦੈਟਸ ਇਟ ਕਿ ਐਕਸਪੀਰੀਅੰਸ ਆਈਡੀਆ ਐਂਡ ਐਟੀਟਿਊਡਸ ਨੂੰ ਸ਼ੇਅਰ ਕੀਤਾ ਜਾਂਦਾ ਹੈ ਐਸ ਇਟ ਹੈਲਪਸ ਟੂ ਦਾ ਫੋਸਟਰ ਟ੍ਰੇਨਿੰਗ ਇਨਵੋਲਵਮੈਂਟ ਇਨ ਵਾਟ ਦੇ ਆ ਲਰਨਿੰਗ ਇਸ ਚੀਜ਼ ਤੇ ਇਨਵੋਲਵ ਕਰਦੇ ਹੈ ਕਿਉਂ ਕੀ ਲਰਨ ਕਰ ਰਹੇ ਹਨ ਇਟ ਮੇ ਬੀ ਕੰਟ੍ਰਿਬਿਊਟ ਟੂ ਡਿਜ਼ਾਇਰ ਦਾ ਐਟੀਟਿਊਡ ਨਾਲ ਚੇਂਜਸ ਔਨ ਦਾ ਐਟੀਟਿਊਡ ਚੇਂਜਸ ਕਰਦਾ ਹੈ ਦੇ ਗਰੁੱਪ ਡਿਸਕਸ਼ਨ ਡਿਫਾਈਨਡ ਐਸ ਦਾ ਪ੍ਰੋਸੈਸ ਆਫ ਰੀਚਿੰਗ ਐਂਡ ਅ ਕਾਉਂਟਰ ਰਿਐਕਸ਼ਨ ਬੀਟਵੀਨ ਟੂ অর ਮੋਰ অর ਦੈਨ ਟੂ ਪਰਸਨਸ इन ए कॉमन सब्जेक्ट विद द ऑब्जेक्टिव ऑफ अचीविंग सम स्पेसिफिक कंक्लूजन और रिजल्ट जिस तरह मैं पहले ही कह चुकी हाँ दो तो ज़्यादा पर्सन जो एक एक ही सब्जेक्ट के ऊपर डिस्कशन करते हैं और वो किसी फाइनलाइज्ड रिजल्ट पाँच दे दैट इज द डिस्क मैथड ਇਸ ਦੇ ਕੀ ਕੀ ਐਡਵਾਂਟੇਜ ਹਨ ਫਸਟ ਤਾਂ ਹੈਗਾ ਇਫੈਕਟਿਵ ਲਰਨਿੰਗ ਕਿਉਂਕਿ ਏਵਰੀ ਪਰਸਨ ਡਿਸਕਸ਼ਨ ਵਿੱਚ ਜਿਹੜਾ ਹੁੰਦਾ ਸਾਰੇ ਹੀ ਇਨਵੋਲਵ ਹੁੰਦੇ ਆ ਸਾਰਿਆਂ ਦੀ ਪੁਆਇੰਟ ਆਫ View ਨੂੰ ਇੰਪੋਰਟੈਂਸ ਦਿੱਤਾ ਜਾਂਦਾ ਹੈ ਸਾਰਿਆਂ ਦਾ ਜੋ ਉਹਨਾਂ ਦਾ View ਹੈ ਉਸ ਨੂੰ ਸੁਨਿਆ ਜਾਂਦਾ ਹੈ ਤੋਂ ਇਸ ਦਾ ਮਤਲਬ ਇਹ ਹੈ ਕਿ ਇਫੈਕਟਿਵ ਲਰਨਿੰਗ ਹੁੰਦੀ ਹੈ ਕਿਉਂਕਿ ਹਰ ਇੱਕ ਇੰਡੀਵਿਜੂਅਲ ਦੇ ਆਪਣੇ ਕੁਝ ਪੁਆਇੰਟ ਆਫ View ਹੁੰਦੇ ਆ ਜਦੋਂ ਉਹ ਆਪਣੇ ਪੁਆਇੰਟ ਆਫ 뷰 ਸਾਹਮਣੇ ਰੱਖਦਾ ਹੈ ਤੇ ਉਸ ਦਿਨ ਇੱਕ ਨਵੀਂ ਨਵਾਂ ਫੇਸ ਸਾਹਮਣੇ ਆ ਜਾਂਦਾ ਹੈ ਔਰ ਕੁਝ ਇਹੋ ਜਿਹੇ ਪ੍ਰੋਬਲਮਸ ਜਿਹਨਾਂ ਦਾ ਸੋਲੂਸ਼ਨ ਕੋਈ ਨਹੀਂ ਹੁੰਦਾ ਉਹ ਵੀ 온 ਦਾ ਸੋਲੂਸ਼ਨ ਨਿਕਲ ਕੇ ਆ ਜਾਂਦਾ ਹੈ ਐਮਫਸਾਈਜ਼ਿੰਗ ਐਮਫਸਾਈਜ਼ਿੰਗ ਔਨ ਦਾ ਸਟੂਡੈਂਟ ਐਕਸਪੀਰੀਅੰਸ ਇਸ ਦੇ ਵਿੱਚ ਇਸ ਚੀਜ਼ ਤੇ ਐਮਫਸਾਈਜ਼ ਕੀਤਾ ਜਾਂਦਾ ਹੈ ਕਿ ਸਟੂਡੈਂਟ ਕੀ ਐਕਸਪੀਰੀਅੰਸ ਕਰ ਰਿਹਾ ਕਿਉਂਕਿ ਐਕਲੀ ਥਰੂ ਡਿਸਕਸ਼ਨ ਬੱਚਿਆਂ ਦੇ ਐਕਸਪੀਰੀਐਂਸਸ ਨਿਕਲਵਾਏ ਜਾਂਦੇ ਆ ਜਾਂ ਉਹਨਾਂ ਨੂੰ ਇੱਕ ਐਕਸਪੀਰੀਐਂਸ ਕੀ ਹੁੰਦੇ ਆ ਡਿਵੈਲਪਮੈਂਟ ਆਫ ਕ੍ਰਿਟੀਕਲ ਥਿੰਕਿੰਗ ਕੁਝ ਪ੍ਰੋਬਲਮਸ ਬੱਚਿਆਂ ਸਾਹਮਣੇ ਰੱਖੀਆਂ ਜਾਂਦੀਆਂ ਤਾਂ ਫਿਰ ਉਸ ਦੇ ਉੱਪਰ ਡਿਸਕਸ਼ਨ ਕੀਤੀ ਜਾਂਦੀ ਆ ਜਿਸ ਤਰ੍ਹਾਂ ਕਿ ਮੈਂ ਤੁਹਾਡੇ ਸਾਹਮਣੇ ਇੱਕ ਪ੍ਰੋਬਲਮ ਡਿਸਕਸ ਕਰਦੀ ਆ ਇੱਕ ਫੈਮਿਲੀ ਕਿਤੇ ਘੁੰਮਣ ਚਲੇ ਗਈ ਬਾਹਰ ਗਈ ਕਿਤੇ ਤਾਂ ਉਹ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਆ ਕੇ ਦੇਖਿਆ ਕੀ ਉਹਨਾਂ ਦੇ ਘਰ ਦੇ ਬਾਹਰ ਜੋ ਬਗੀਚਾ ਬਣਿਆ ਸੀ ਉਹ ਬਿਲਕੁਲ ਖਰਾਬ ਹੋਇਆ ਹੋਇਆ ਸੀ ਉਸ ਤੇ ਜਿਹੜੇ ਬੂਟੇ ਲੱਗੇ ਹੋਏ ਸਨ ਉਹ ਉਖੜੇ ਹੋਏ ਸਨ ਪੱਟੇ ਹੋਏ ਸਨ ਜੋ ਥੋੜੇ ਲੰਬੇ ਬੂਟੇ ਸਨ ਉਹ ਟੁੱਟ ਕੇ ਸਨ ਆਦਰ ਦੇ ਵਿੱਚ ਟੁੱਟ ਗਏ ਸਨ ਔਰ ਜਦੋਂ ਉਹ ਘਰ ਦੇ ਅੰਦਰ ਗਏ ਤੇ ਘਰ ਦੇ ਅੰਦਰ ਜਾ ਕੇ ਦੇਖਿਆ ਕਿ ਬਾਕੀ ਸਾਰਾ ਸਮਾਨ ਤਾਂ ਉਸੇ ਤਰੀਕੇ ਨਾਲ ਠੀਕ ਹੈ ਬਟ ਇੱਕ ਜੋ ਵਿੰਡੋ ਉੱਪਰ ਫੋਟੋ ਲੱਗੀ ਹੈ ਉਹ ਥੋੜੀ ਜੀ ਟੇਢੀ ਹੈ। ਤੋਂ ਇਟਸ ਇਸ ਰੰ ਦੀ ਪ੍ਰੋਬਲਮ ਬੱਚਿਆਂ ਸਾਹਮਣੇ ਰੱਖੀ ਕਿ ਔਰ ਬੱਚਿਆਂ ਤੋਂ ਜਦੋਂ ਅਸੀਂ ਇਸ ਚੀਜ਼ ਦੇ ਉੱਪਰ ਡਿਸਕਸ਼ਨ ਕਰਦੇ ਹਾਂ ਕਿ ਕੀ ਹੋ ਸਕਦਾ ਹੈ ਕਿਉਂਕਿ ਇਟ ਇਜ਼ ਅ ਕ੍ਰਿਟੀਕਲ ਥਿੰਕਿੰਗ ਹੈ। ਤੋਂ ਬੱਚਿਆਂ ਦੇ ਵੱਖਰੇ ਵੱਖਰੇ ਪੁਆਇੰਟ ਆਫ View ਨਿਕਲ ਕੇ ਆਣਗੇ। ਕੁਝ ਬੋਲਣਗੇ ਕਿ ਮੈਮ ਕੋਈ ਜੰਗਲੀ ਜਾਨਵਰ ਨੇ ਬਗੀਚਾ ਖਰਾਬ ਕਰ ਦਿੱਤਾ। ਕੋਈ ਆਸ-ਪਾਸ ਦਾ ਕੋਈ ਜਾਨਵਰ ਖੁੱਲ ਗਿਆ ਜਾਂ ਪਾਲਤੂ ਜਾਨਵਰ ਖੁੱਲ ਗਿਆ ਉਸ ਨੇ ਉਹ ਬਗੀਚੇ ਦੇ ਵਿੱਚ ਦੌੜ ਭੱਜ ਕੀਤੀ ਤਾਂ ਉਸ ਦਾ ਖਰਾਬ ਹੋ ਗਿਆ ਕੁਝ ਕਹਿਣਗੇ ਕਿ ਕੋਈ ਚੋਰੀ ਕਰਨ ਦੇ ਲੈ ਆਇਆ ਹੋਗਾ ਤਾਂ ਇਹ ਵੀ ਉਸ મતલਬ ਕੋਈ tufaan ਜਾਂ ਕੋਈ ਹਨੇਰੀ ਬਹੁਤ ਤੇਜ਼ ਆਈ ਇਹ ਮੈਂ ਉਹ ਕ੍ਰਿਟੀਕਲ ਥਿੰਕਿੰਗ ਇਸ ਦੇ ਉੱਪਰ ਕਰਾਂਗੇ ਹਾਂ ਕਿਉਂਕਿ ਇਸ ਦਾ ਰੀਜ਼ਨ ਹੈ ਕਿ ਜਦੋਂ ਚੋਰ ਤਾਂ ਨਹੀਂ ਹੋ ਸਕਦਾ ਕਿਉਂਕਿ ਜਦੋਂ ਘਰ ਦੇ ਅੰਦਰ ਕੇ ਸਾਰਾ ਸਾਮਾਨ ਐਜ਼ ਇਟ ਸੀਗਾ ਸਿਰਫ ਇੱਕ ਫੋਟੋ ਹੀ ਲਈ ਹੋਈ ਸੀਗੀ। ਔਰ ਬਾਕੀ ਅਗਰ ਜਾਨਵਰ ਦੀ ਗੱਲ ਕਰਦੇ ਆ ਤਾਂ ਜਾਨਵਰ ਨੇ ਉਹਨਾਂ ਦੇ ਘਰ ਦੇ ਦਰਵਾਜ਼ੇ ਨੂੰ ਵੀ ਨੁਕਸਾਨ ਪਹੁੰਚਾਣਾ ਸੀਗਾ। ਔਰ ਔਰ ਜੋ ਫੁੱਲ ਬੁੱਟੇ ਪਟ ਹੋਏ ਸਨ ਉਹ ਜਾਨਵਰ ਨੇ ਖਾਣੇ ਸੀਗੇ ਨਾ ਕਿ ਉਹਨਾਂ ਨੂੰ ਪਟਣਾ ਸੀ ਉਹਨੇ ਉੱਪਰ ਉਹਨਾਂ ਦੇ ਮੂੰਹ ਖਾਣੇ ਸੀਗੇ ਔਰ ਕੁਝ ਬੁੱਟੇ ਸੇ ਟੁੱਟ ਕੇ ਸੀਗੇ। ਤਾਂ ਉਹ ਜਿਹੜੇ ਆਦੇ ਵਿੱਚ ਟੁੱਟੇ ਹੋਏ ਸੀ ਤਾਂ ਇਸ ਤੋਂ ਹੀ ਕਲੀਅਰ ਹੋ ਰਿਹਾ ਸੀ ਪੱਕਾ ਕੋਈ ਬਹੁਤ ਵੱਡਾ ਤੂਫਾਨ ਆਇਆ ਸੀ ਜਿਸ ਦੇ ਕਾਰਨ ਚੀਜ਼ਾਂ ਖਰਾਬ ਹੋ ਗਈਆਂ ਔਰ ਅੰਦਰਲੀ ਫੋਟੋ ਹਿਲੰਦੈ ਰੀਜ਼ਨ ਇਹ ਸੀਗਾ ਸੌਰੀ ਅੰਦਰਲੀ ਫੋਟੋ ਹਿਲੰਦੈ ਰੀਜ਼ਨ ਸੀਗਾ ਕਿ ਰੋਸ਼ਨਦਾਨ ਦੇ ਲੱਗੇ ਲੱਗੀ ਹੋਈ ਆ ਜਿਸ ਦੇ ਕਾਰਨ ਉਹ ਹਵਾ ਆਈ ਅੰਦਰ ਔਰ ਉਹ ਥੋੜੀ ਜਿਹੀ ਹਿੱਲ ਗਈ ਇਟਸ ਮੀਨਸ ਇੱਕ ਕ੍ਰਿਟੀਕਲ ਥਿੰਕਿੰਗ ਕੀਤੀ ਗਈ ਇਸ ਤਰ੍ਹਾਂ ਦੀ ਸਿਚੁਏਸ਼ਨ ਬੱਚਿਆਂ ਦੇ ਸਾਹਮਣੇ रखिया जा पार्टीसपे बाय एवरी बॉडी और इस दवरी बॉडी पार्टीसपे न इन्वॉल्व किया जाता है क्योंकि एवरी परसन इंपॉर्टेंट एवरी इंडुअल इंपॉर्टेंट एवरी इंडुअल थिंकिंग इंपोर्टेंट उन्होंने इंपोर्टेंस दी जाफ एक्सप्रैशन और कोई भी प्रॉब्लम uh, है कोई भी डिस्कशन uh, कोई भी है ਉਸ ਦਾ ਸੋਲੂਸ਼ਨ ਕਰਨ ਦੇ ਲਈ ਸੈਲਫ ਐਕਸਪ੍ਰੈਸ਼ਨ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਆ ਐਵਰੀ ਪਰਸਨਸ ਹੈਵ ਰਾਈਟ ਟੂ ਐਕਸਪ੍ਰੈਸ देयर ओन ਪਰਸਨੈਲਿਟੀ ਉਹ ਆਪਣੀ ਪਰਸਨੈਲਿਟੀ ਨੂੰ ਐਕਸਪ੍ਰੈਸ ਕਰਦੇ ਆ ਐਂਡ ਪੀਅਰ ਲਰਨਿੰਗ ਇਜ਼ ਵਨ ਆਫ ਦਾ ਮੋਸਟ ਡਾਇਰੈਕਟ ਬੈਨੀਫਿਟ ਰਿਜ਼ਲਟਿੰਗ ਫ্রম ਦਾ ਡਿਸਕਸ਼ਨ ਮੈਥਡ ਇਸ ਦੇ ਨਾਲ ਪੀਅਰ ਲਰਨਿੰਗ ਦੇ ਨਾਲ ਜਿਆਦਾ ਇਫੈਕਟ ਹੁੰਦਾ ਬੈਨੀਫੀਸ਼ੀਅਲ ਹੁੰਦਾ ਪੀਅਰ ਲਰਨਿੰਗ ਇਟਸ ਮੀਨਸ ਜਦੋਂ ਉਹ ਆਪਸ ਵਿੱਚ ਸੇਮ ਆਈਕਿਊ ਵਾਲੇ ਡਿਸਕਸ਼ਨ ਕਰਦੇ ਆ ਤੇ ਉਹਨਾਂ ਦੀ ਜਦੋਂ ਕੋਈ ਨਵੀਂ ਚੀਜ਼ ਨਿਕਲ ਕੇ ਆਂਦੀ ਹੈ ਤਾਂ ਉਸ ਦੇ ਨਾਲ ਉਹਨਾਂ ਦਾ ਆਈਕਿਊ ਵਧਦਾ ਆ ਡਿਸਐਡਵਾਂਟੇਜ ਹਰ ਇੱਕ ਚੀਜ਼ ਦੇ ਕੁਝ ਰਾਈਟ ਅਤੇ ਕੁਝ ਰੋਂਗ ਪਾਰਟ ਵੀ ਹੁੰਦੇ ਆ ਮੈਂ ਡੋਮੀਨੇਟ ਵਿਦ ਅ ਪਰਸਨਲ ਫੀਲਿੰਗ ਸਮ ਟਾਈਮਸ ਇਹਦੇ ਵਿੱਚ ਪਰਸਨਲ ਫੀਲਿੰਗਸ ਡੋਮੀਨੇਟ ਹੋ ਜਾਂਦੀਆਂ ਕਿਉਂਕਿ ਕਿਸ ਸਬਜੈਕਟ ਮੈਟਰ ਨੂੰ ਲੈ ਕੇ ਉਹ ਡਿਸਕਸ ਕੀਤਾ ਜਾ ਰਿਹਾ ਹੈ ਏ ਪ੍ਰੋਬਲਮ ਹੋ ਜਾਂਦੀ ਆ ਚਾਂਸਸ ਆਫ ਡਿਵੀਅਸ਼ਨ ਫ্রম ਦਾ ਟਾਪਿਕ ਔਰ ਕਦੇ ਕਦੇ ਇਸ ਤਾਂਦੀਆਂ ਡਿਸਕਸ਼ਨ ਇੰਨੀ ਹੈਵੀ ਹੋ ਜਾਂਦੀ ਆ ਕਿ ਜੋ ਮੇਨ ਟਾਪਿਕ ਹੈ ਉਸ ਤੋਂ ਇਹ ਸਿੱਪਟਕ ਜਾਂਦੇ ਆ ਔਰ ਕਿਸੇ ਹੋਰ ਰੀਜ਼ਨ ਤੇ ਪਹੁੰਚ ਜਾਂਦੇ ਆ ਕਿਸੇ ਹੋਰ ਪ੍ਰੋਬਲਮ ਤੇ ਪਹੁੰਚ ਜਾਂਦੇ ਆ ਸਮ ਸਮ ਟਾਈਮਸ ਬਹੁਤ ਜ਼ਿਆਦਾ ਲੜਾਈ ਔਰ ਬੋਲ ਬੁਲਾਰਾ ਹੋ ਜਾਂਦਾ ਜਿਸ ਦੇ ਨਾਲ ਜੋ ਮੇਨ ਟਾਪਿਕ ਜਿਸ ਟਾਪਿਕ ਤੇ ਉਸ ਨੂੰ ਬਣਾਇਆ ਗਿਆ ਉਹ ਮਿਸ ਹੋ ਜਾਂਦਾ ਹੈ ਹਮ ਡੋਮਿਨੈਂਸ ਬਾਏ ਦਾ ਵਨ ਪਰਸਨ ਲੀਡਰਸ਼ਿਪ ਕੁਆਲिटीज ਤੁਸੀਂ ਜਸਟ ਆਪਲਾ ਕਰਕੇ ਆਇਓ ਇਥੇ ਗਰੁੱਪ ਦੇ ਵਿੱਚ ਵਯ ਹੋ ਜਾਂਦੀ ਹੈ ਕਿ ਕਦੇ ਨਾ ਕਦੇ ਕੋਈ ਇੱਕ ਪਰਸਨ ਸਭ ਨੂੰ ਅੱਗੇ ਆ ਕੇ ਬਾਕੀ ਸਾਰਿਆਂ ਦੀ ਫੀਲਿੰਗ ਦੇ ਉੱਪਰ ਡੋਮਿਨੈਂਸ ਕਰ ਜਾਂਦਾ ਵਿਦ ਆਪਣੀ ਅਮ ਵਿਦ ਆਪਣੀ ਸੁਜੈਸ਼ਨਸ ਜਾਂ ਉਸ ਦੀ ਆਪਣੀ ਜੋ ਥਿੰਕਿੰਗ ਹੈ ਉਸ ਦੇ ਨਾਲ ਬਾਕੀਆਂ ਨੂੰ ਆਪਣੇ ਅੰਦਰ ਕਰ ਲੈਂਦਾ ਹੈ ਡੋਮਿਨੈਂਸ ਹੀ ਉਹਨਾਂ ਦੇ ਉੱਪਰ ਕਰ ਲੈਂਦਾ ਹੈ স্মਲ ਗਰੁੱਪ ਡਿਸਕਸ਼ਨ ਅ ਇਹ ਹੁੰਦਾ ਹੈ ਪੰਜ ਤੋਂ ਲੈ ਕੇ 20 ਜਿਹੜੇ ਮੈਂਬਰ ਹੁੰਦੇ ਉਹ ਜਦੋਂ ਇਕੱਠੇ ਬੈਠ ਕੇ ਐਕਟਿਵਲੀ ਕੋਈ ਸੇ ਪਾਰਟੀ ਟਾਪਿਕ ਦੇ ਵਿੱਚ ਡਿਸਕਸ਼ਨ ਕਰਦੇ ਆ ਉਸ ਨੂੰ ਬੋਲਦੇ ਆ ਔਰ ਇਹਦੇ ਵਿੱਚ ਛੋਟੀ ਜਿਹੀ ਗੈਦਰਿੰਗ ਹੁੰਦੀ ਹੈ ਔਰ ਕ੍ਰੀਏਟੀਵਿਟੀ ਔਰ ਫਲੈਕਸੀਬਿਲਟੀ ਆਫ ਆਈਡੀਆ ਇਹਦੇ ਵਿੱਚ ਕਾਫੀ ਆ ਜਾਂਦਾ ਆ ਆ ਇੰਪੋਰਟੈਂਟ ਫੀਚਰ ਇਹ ਦੇਖੀ ਹੈ ਕਿ ਐਕਟਿਵਲੀ ਪਾਰਟਿਸਪੇਟਡ ਐਂਡ ਇੰਟਰੈਕਸ਼ਨ ਸਾਰੇ ਐਕਟਿਵਲੀ ਪਾਰਟਿਸਪੇਟ ਕਰਦੇ ਆ ਟਾਈਮ ਲਿਮਿਟ ਦਿੱਤੀ ਜਾਂਦੀ ਹੈ ਐਂਡ ਟਾਸਕ ਅਤੇ ਗੋਲ ਵੀ ਦਿੱਤੇ ਜਾਂਦੇ ਆ ਪਾਰਟਿਸਪੇਸ਼ਨ ਇਜ਼ ਇੰਪਰੂਵਡ ਔਰ ਇਸ ਦੇ ਨਾਲ ਪਾਰਟਿਸਪੇਸ਼ਨ ਇੰਪਰੂਵ ਹੁੰਦੀ ਹੈ ਗਰੁੱਪ ਮੈਂਬਰਸ ਸਾਰੇ ਹੀ ਐਕਟੀਵੇਟਡ ਹੁੰਦੇ ਆ ਐਂਡ ਐਵਰੀ ਪਰਸਨ ਨੂੰ ਐਨਹਾਂਸ ਕੀਤਾ ਜਾਂਦਾ ਆ ਉਸ ਦੇ ਵਿੱਚ ਕੰਟਰੀਬਿਊਸ਼ਨ ਕਰਨ ਦੇ ਲਈ ओके स्पेसिफिक समॉ ग्रुप टेक्नी कड़ी होंगे ब्रेकआउट ग्रुप्स वर्कशॉप राउंड टेबल स्टडी सर्कल्स ग्रुप टेक्निक्स हैं बर्ज मैथड द बर्ज ग्रुप टेक्नीक इज ए पिटेंट डिस्कशन ग्रुप विद ए हाई डिग्री ऑफ स्टूडेंट इन्वॉल्वमेंट इन which small group 2 3 participants discuss a specific question or issue in order to come up with the idea in a short time bus matlab jis tarah ki e aam taur te do jan teen janan da group hunda hai jis tarah ki tuhannu project de ditta gaya hai aur project vich do de, teen, jan teen janan nu ditta gaya hai ਤਾਂ ਪ੍ਰੋਜੈਕਟ ਲਈ ਜਦੋਂ ਉਹ ਆਪਣੇ ਸਰਵੇ ਦਾ ਵੇ ਟੈਕਨੀਕ ਐਂਡ ਕੁਐਸਨਰੀਜ਼ ਨੂੰ ਡਿਸਕਸ਼ਨਸ ਕਰਦੇ ਆ ਤਾਂ ਉਹਨਾਂ ਨੂੰ ਕੰਮ ਆਪਣਾ ਸ਼ਾਰਟ ਟਾਈਮ ਦੇ ਵਿੱਚ ਉਹਦਾ ਸੋਲੂਸ਼ਨ ਕਰਕੇ ਦੇਣਾ ਹੁੰਦਾ ਹੈ ਔਰ ਔਰ ਕੁਇਜ਼ ਆਲਸੋ ਇਜ਼ ਅ ਪਾਰਟ ਆਫ ਥਿਸ ਕੁਇਜ਼ ਦੇ ਵਿੱਚ ਵੀ ਤੁਸੀਂ ਦੇਖਦੇ ਹੋ ਕਿ ਉਸ ਵਿੱਚ ਆਪਸ਼ਨਸ ਦਿੱਤੀਆਂ ਜਾਂਦੀਆਂ ਆ ਔਰ ਉਹ ਦੋ ਜਾਂ ਤਿੰਨ ਚਾਨੇ ਬੈਠੇ ਹੁੰਦੇ ਆ ਔਰ ਉਹ ਡਿਸਕਸ਼ਨ ਕਰਦੀ ਹੈ ਕਿ ਕਿਹੜਾ ਆਨਸਰ ਹੈ ਨਾ ਜੋ ਠੀਕ ਹੋਏਗਾ ਕਿਉਂਕਿ ਉਹਨੇ ਉਸੇ ਵੇਲੇ ਉਸ ਦਾ ਆਨਸਰ ਦੇਣਾ ਹੁੰਦਾ ਹੈ ਸ਼ਾਰਟ ਟਾਈਮ ਦੇ ਵਿੱਚ ਬਸ ਗਰਪਸ ਵਿੱਚ ਕੋਆਪਰੇਟਿਵ ਲਰਨਿੰਗ ਟੈਕਨੀਕ ਹੈ ਜਿਸ ਵਿੱਚ ਕੋਆਪਰੇਸ਼ਨ ਹੁੰਦਾ ਆ ਐਂਡ ਅ ਸਮਾਲ ਗਰਪ ਜੋ ਕਿ ਆਬਜੈਕਟਿਵ ਨੂੰ ਲੈ ਕੇ ਚੱਲਦਾ ਹੈ ਜਨ ਕਿ ਆਈਡੀਆ ਜਨਰੇਸ਼ਨ ਹੁੰਦਾ ਹੈ ਪ੍ਰੋਬਲਮਸ ਸੋਲਵ ਕੀਤੀ ਜਾਂਦੀ ਆ ਐਂਡ ਟਾਈਮ ਇਹਦੇ ਵਿੱਚ ਸਪੈਸੀਫਿਕ ਹੁੰਦਾ ਆ फीचर्स ऑफ बच ग्रुप्स इज ए ग्रुप है मैथड इज इनफॉर्मल है नो नीड टू इम्प्रूव फॉर द डिस्कशन नो नीड ऑफ द सिंडिकेट रूम डिस्कशन ऑन ओनली वन इशूज एक इशू एक क्वेश्चन एक पॉइंट के उपर डिसक है टाइम पाँच तो पंद्रह मिनट होंगे और कैन बी यूज समटाइम्स आइस ब्रेकर यानी कि ਕੁਸ਼ਟਾਂ ਦੇ ਲਈ ਉਸ ਨੂੰ ਬ੍ਰੇਕ ਵੀ ਕੀਤਾ ਜਾਂਦਾ ਆ ਅਗਰ ਕਿਤੇ ਕੋਈ ਥੋੜੀ ਬਹੁਤੀ ਪੁਆਇੰਟ ਦੇ ਵਿੱਚ ਪ੍ਰੋਬਲਮ ਆ ਜਾਏ ਜਾਂ ਪੁਆਇੰਟ ਦੇ ਵਿੱਚ ਕਨਟਰਡਿਕਸ਼ਨ ਹੋ ਜਾਏ ਬਸ ਗਰੁੱਪ ਲਿਟਰੇਚਰ ਇਜ਼ ਨਾਟ देयर ਉੱਤੇ ਲੀਡਰ ਨਹੀਂ ਹੁੰਦਾ ਦੇ ਕੈਨ ਬੀ ਯੂਜ਼ ਟੂ ਸਪਲੀਮੈਂਟਰੀ ਮੈਥਡ ਆਫ ਦਾ ਅਦਰ ਮੈਥਡ ਅਦਰ ਮੈਥਡ ਦਾ ਸਪਲੀਮੈਂਟਰੀ ਹੁੰਦਾ ਆ ਪ੍ਰੋਸੈਸ ਨਹੀਂ ਕਰਵਾ ਰਹੀ ਕਿਉਂਕਿ ਬਸ ਮੈਥਡ ਤੁਹਾਡੇ ਸਿਲੇਬਸ in a botany hoga just uh, i want to tell you and a fish bowl when different on our method the the fish bowl is a method to facilitate a group discussion in an event event even upar. and in <coughs> sorry an inner circle the fish bowl is created in which member of the audience participate and in which the discussion start ਐਂਡ ਦਾ ਮੈਥਡ ਇਜ਼ ਇਜ਼ ਟੂ ਆਰਗੇਨਾਈਜ਼ ਐਂਡ ਅਲਾਉ ਅ ਗੁੱਡ ਇਨਵੋਲਵਮੈਂਟ ਆਫ ਦਾ ਆਡੀਅנס ਇਹਦੇ ਵਿੱਚ ਆਡੀਅנס ਦੀ ਇਨਵੋਲਵਮੈਂਟ ਵੀ ਕੀਤੀ ਜਾਂਦੀ ਹੈ ਫਿਸ਼ ਬੋਲ ਡਿਸਕਸ਼ਨਸ ਆਰ ਡਿਜ਼ਾਈਨਡ ਟੂ ਇੰਪਰੂਵ ਦਾ ਕਮਿਊਨੀਕੇਸ਼ਨ ਸਕਿਲਸ ਜਸਟ ਆ ਆਈਲੈਸ ਦੇ ਕਲਾਸਿਸ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਫਿਸ਼ ਬੋਲ ਸਟ੍ਰੈਟੇਜੀ ਇਨਵੋਲਵਸ ਦਾ ਸਿਟਿੰਗ ਸਟੂਡੈਂਟ ਇਨ ਅ ਟੂ ਕਨਸੈਂਟ੍ਰਿਕ ਸਰਕਲ ਟੂ ਕਨਸੈਂਟ੍ਰਿਕ ਸਰਕਲ ਦੇ ਵਿੱਚ ਬਿਠਾਇਆ ਜਾਂਦਾ ਹੈ ਇਨਰ ਸਰਕਲ ਡੂ ਦਾ ਟਾਕਿੰਗ ਇਨਰ ਸਰਕਲ ਟਾਕਿੰਗ ਕਰਦਾ ਹੈ ਤੇ ਆਟਰ ਸਰਕਲ ਲਿਸਨ ਕਰਦਾ ਹੈ ਨੋਟਸ ਬਣਾਉਂਦਾ ਹੈ ਔਰ ਅਵੈਲੂਏਟ ਕਰਦਾ ਹੈ ਕਮਿਊਨੀਕੇਸ਼ਨ ਨੂੰ ਇਟ ਇਜ਼ ਯੂਜ਼ਡ ਫਾਰ ਦਾ ਡਾਇਨਾਮਿਕ ਗਰੁੱਪ ਆਫ ਦਾ ਇਨਵੋਲਵਮੈਂਟ ਗਰੁੱਪ ਇਨਵੋਲਵਮੈਂਟ ਲਿਆ ਜਾਂਦਾ ਹੈ 60 ਟੂ 90 ਮਿੰਟ ਦੀ ਇਹਦੀ ਰਿਕੁਆਇਰਮੈਂਟ ਹੁੰਦੀ ਹੈ ਟਾਈਮਿੰਗ ਦੀ ਔਰ ਡਿਸਕਸ਼ਨ ਕੈਨ ਬੀ ਓਪਨ ਕਦੇ ਕਦੇ ਓਪਨ ਡਿਸਕਸ਼ਨ ਅਧਿਕ ਕਦੇ ਕਲੋਜ਼ ਡਿਸਕਸ਼ਨ ਵੀ ਕੀਤੀ ਜਾਂਦੀ ਹੈ ਇਹਦੇ ਵਿੱਚ 4 5 ਚੇਅਰਸ ਅਰੇਂਜ ਕੀਤੀਆਂ ਜਾਂਦੀਆਂ ਇਨ ਗਰੁੱਪ ਦੇ ਵਿੱਚ ਤੇ ਜਿਹੜੀਆਂ ਬਾਕੀ ਚੇਅਰਸ ਹੁੰਦੀਆਂ ਆ ਆਊਟਰ ਗਰੁੱਪ ਦੇ ਵਿੱਚ ਹੁੰਦੀਆਂ ਆ ਐਂਡ ਮੋਡਰੇਟਰ ਇੰਟਰਡਿਊਸ ਦਾ ਟਾਪਿਕ ਐਂਡ ਦਾ ਪਾਰਟਿਸਪੈਂਟ ਆ ਡਿਸਕਸਿੰਗ ਡਿਸਕਸ਼ਨਸ ਡਿਸਕਸਿੰਗ ਦਾ ਟਾਪਿਕ ਦਾ ਆਡੀਅנס ਆਊਟਸਾਈਡ ਦਾ ਫਿਸ਼ ਫੋਰ ਲਿਸਨ ਇਟ ਟੂ ਡਿਸਕਸ਼ਨ ਉਹ ਉਸ ਨੂੰ ਸਿਰਫ ਸੁਣਦੀ ਆ uh this is also part of one discussion the student will be arranged in a circle with the small group in a in the middle uh, fish ball di tarah uh assi uh, agar kar rahe ha fish ball do tarah di hundi hai open and closed uh ਓਪਨ ਐਂਡ ਕਲੋਜਡ ਇਟਸ ਮੀਨਸ ਓਪਨ ਜਦੋਂ ਟੋਪਿਕ ਨੂੰ ਅਸੀਂ ਕਿਸੇ ਵੀ ਪਾਸੇ ਲੈ ਕੇ ਜਾ ਸਕੀਏ ਕਿਸੇ ਵੀ ਸਾਈਡ ਚ ਲੈ ਜਾ ਸਕੀਏ ਕਲੋਜਡ ਜਦੋਂ ਕੋਈ ਲਿਮਟਿਡ ਟੋਪਿਕ ਦਿੱਤਾ ਜਾਂਦਾ ਉਹਦੇ ਉੱਪਰ ਡਿਸਕਸ਼ਨ ਕਰਨੀ ਦ ਨੈਕਸਟ ਇਜ਼ ਅ ਸੈਮੀਨਾਰ ਸੈਮੀਨਾਰ ਨੈਕਸਟ ਕਲਾਸ ਵਿੱਚ ਕਰਵਾਉਣਾ